ਚੱਲੋ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਆ ਮੁੱਖ ਤੌਰ ਦੇ ਉੱਤੇ ਇਹੀ ਕਰਨੀ ਆ ਚੋਣਾ ਦੇ ਵਿੱਚ ਇਹਨਾਂ ਉਮੀਦਵਾਰਾਂ ਦੀ ਸਟਰੈਂਥ ਕੀ ਆ ਜਾਂ ਇਹਨਾਂ ਦੀ ਵੀਕਨੈਸ ਕੀ ਆ ਕਿਹੜੇ ਲੋਕਾਂ ਦੀ ਸਪੋਰਟ ਕਰਦੇ ਆ ਕਿਹੜੇ ਨਹੀਂ ਕਰ ਰਹੇ ਐਸ ਵੇਲੇ ਮੁਕਾਬਲਾ ਬਰਾਬਰ ਦਾ ਆ ਇਹਦੇ ਬਾਰੇ ਅੰਦਾਜ਼ਾ ਤਾਂ ਨਹੀਂ ਲਾਇਆ ਜਾ ਸਕਦਾ ਇਹ ਇਦਾਂ ਸਿੱਧਾ ਤਾਂ ਨਹੀਂ ਕਿਹਾ ਜਾ ਸਕਦਾ ਵੀ ਫਲਾਨਾ ਜਿੱਤੂ ਫਲਾਨਾ ਜਿੱਤੂ ਪਰ ਜਿਹੜੇ ਸਾਰੇ ਪੋਲ ਤੇ ਸਾਰਾ ਹਸਾਬ ਕਿਤਾਬ ਜੇਕਰ ਦੇਖ ਲਿਆ ਜਾਵੇ ਉਹ ਸਾਰੇ ਇਹੀ ਦੱਸਦੇ ਆ ਕਿ ਕਿਸੇ ਨੂੰ ਕੁਝ ਨਹੀਂ ਪਤਾ ਕਹਨੇ ਜਿੱਤਣਾ ਬਹੁਤੇ VOTER decide ਨੇ ਜਿਹੜੇ ਪੱਕੇ ਡੈਮੋਕ੍ਰੇਟਸ ਨੇ ਡੈਮੋਕ੍ਰੇਟਸ ਨੇ ਜਿਹੜੇ ਪੱਕੇ ਰਿਪਬਲਿਕਨ ਨੇ ਪੱਕੇ ਪੱਕੇ ਰਿਪਬਲਿਕਨ ਨੇ ਪਰ ਇਹਨਾਂ ਦੇ ਵਿੱਚ ਜਿਹੜੇ ਅਨਡਿਸਾਈਡਡ VOTERS ਨੇ ਉਹ ਫੈਸਲਾ ਕਰ ਰਹੇ ਨੇ ਸੋ ਪਹਿਲੀ ਗੱਲਬਾਤ ਆਪਾਂ ਇਹਦੇ ਉੱਤੇ ਕਰਨੀ ਹੈ ਦੂਜਾ ਜਿਹੜੀ ਗੱਲਬਾਤ ਹੈਗੀ ਆ ਕਿ ਲੋਕ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਤੇ ਵਨਡੇ ਆ ਐਲਨ ਮਸਕ ਦੇ ਪਿਸ਼ੋਕੜ ਬਾਰੇ ਇੱਕ ਵਿਵਾਦ ਚਰਚਾ ਦੇ ਵਿੱਚ ਆ ਰਿਹਾ ਤੇ ਜਿਹੜੀ ਫੈਂਟਨਲ VOTਾਂ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਰਿਹਾ ਤੇ ਤੇ ਕੈਲੀਫੋਰਨੀਆ ਦੇ ਵਿੱਚ ਵੱਡੇ ਬਿਜ਼ਨਸ ਲੀਡਰ ਲੀਡਰ ਤੇ ਦੋ ਸਾਫ ਰਾਸ਼ਟਰਪਤੀ ਮੀਟਿੰਗ ਤੇ ਸ਼ਾਮਲ ਹੋਏ ਇੱਕ ਸੀਕ੍ਰੇਟ ਮੀਟਿੰਗ ਹੋਈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਵਿਸਥਾਰ ਦੇ ਵਿੱਚ ਛੜੀ ਗੱਲਬਾਤ ਕਰਨੀ ਆ ਉਹ ਇਲੈਕਸ਼ਨ ਦੇ ਵਿੱਚ ਦੋਵਾਂ ਉਮੀਦਵਾਰਾਂ ਬਾਰੇ ਜਿਹੜੇ ਜਦੋਂ ਅਸੀਂ ਦੇਖਦੇ ਹਾਂ ਕਿ ਕਮਲਾ ਹੈਰਿਸ ਦੇ ਕੁਝ ਸਟਰੋਂਗ ਪੁਆਇੰਟਸ ਨੇ ਇੱਕ ਤਾਂ ਇਹਨਾਂ ਦੀ ਸਟਰੋਂਗ ਸਪੋਰਟ ਯੰਗ ਵੋਟਰਸ ਦੇ ਵਿੱਚ ਹੈ ਇਹ ਸਾਰਾ ਕੁਝ ਡਿਸਕਸ ਕਰਨ ਦਾ ਮਾਮਲਾ ਕੀ ਹੈ ਕਿ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿਹਦੀ ਕਿੱਥੇ ਇੱਕ ਹੱਥ ਉੱਤੇ ਆ ਤੇ ਕਿਹੜਾ ਜਿੱਤ ਰਿਹਾ ਹੈ ਕਿਹੜਾ ਹਾਰ ਰਿਹਾ ਹੈ ਹੈਰਸ ਦੀ ਵੱਡੀ ਸਪੋਰਟ ਯੰਗ ਵੋਟਰਸ ਵਿੱਚ ਵੱਡੀ ਲੀਡ ਇਹਨਾਂ ਨੂੰ ਜਿਹੜੇ ਅੰਡਰ 30 ਆ 30 ਸਾਲ ਤੋਂ ਘੱਟ ਉਮਰ ਵਾਲੇ ਨੇ ਉਹਨਾਂ ਦੀ ਇੱਕ ਵੱਡੀ ਸਪੋਰਟ ਕਮਲਾ ਹੈਰਸ ਨੂੰ ਆ ਉਹ ਸਿੱਧੇ ਬਾਈਡਨ ਨੂੰ ਭਾਵੇਂ ਡੈਮੋਕ੍ਰੇਟs ਹੈਗੇ ਬਾਈਡਨ ਨੂੰ ਇੰਨੇ ਜਿਆਦਾ ਸਪੋਰਟ ਨਹੀਂ ਕਰ ਰਹਾ ਪਰ ਜਿਹੜੀ ਪਿਊਰ ਸਰਚ ਸੈਂਟਰ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੇ ਸਰਵੇ ਕੀਤਾ 30 ਤੋਂ ਥੱਲੇ ਵਾਲੇ ਸਿੱਧੇ ਸਿੱਧੇ ਹੈਰਸ ਦੀ ਸਪੋਰਟ ਦੇ ਵਿੱਚ ਆ ਦੂਜੀ ਜਿਹੜੀਆਂ ਮਾਈਨੋਰਟੀਜ਼ ਨੇ ਉਹ ਹੈਰਸ ਦੀ ਸਪੋਰਟ ਆ ਜਿਹੜੀਆਂ ਇੱਕ ਵੱਡੀ ਲੀਡ ਕਮਲਾ ਹੈਰਿਸ ਦੀ ਹਿਸਪੈਨਿਕਸ ਦੇ ਵਿੱਚ ਬਲੈਕ ਦੇ ਵਿੱਚ ਏਸ਼ੀਅਨ ਵੋਟਰਸ ਦੇ ਵਿੱਚ ਇਹ ਜੇ ਵੋਟ ਪਾਣਗੇ ਤੇ ਸਿੱਧਾ ਡੈਮੋਕ੍ਰੇਟ ਨੂੰ ਪਾਉਣਗੇ ਇਹ ਵੀ ਜਿਹੜੀ ਪਿਓਰ ਸਰਚ ਸੈਂਟਰ ਦਾ ਸਰਵੇ ਆ ਉਹਦੇ ਵਿੱਚੋਂ ਜਿੱਥੇ-ਜਿੱਥੇ ਹੁਣ ਉਸ ਜਿਹੜੀਆਂ ਸਟੇਟਸ ਦੇ ਵਿੱਚ ਵੱਡੀ ਪੋਪੂਲੇਸ਼ਨ ਇਹਨਾਂ ਮਾਈਨੋਰਟੀਜ਼ ਦੀ ਉੱਥੇ ਵੱਡਾ ਫਰਕ ਪਾਊਗਾ ਹੁਣ ਕੈਲੀਫੋਰਨੀਆ ਦੇ ਕੁਦਰਤੀ ਆ ਵੀ ਇਧਰਲੇ ਪਾਸੇ ਜਾਂਦੇ ਆ ਜਿੱਥੇ ਤੇ ਡਿਸਾਈਡਡ ਸਟੇਟਸ ਨੇ ਉਨ੍ਹਾਂ ਦੇ ਵਿੱਚ ਤਾਂ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਪਰ ਜਿਹੜੀਆਂ ਸਵਿੰਗ ਸਟੇਟਸ ਨੇ ਉੱਥੇ ਇਹਨਾਂ ਦਾ ਫਰਕ ਬਹੁਤ ਵੱਡਾ ਪਾਊਗਾ ਦੂਜਾ ਇੱਕ ਕਮਲਾ ਹੇਰਸਦਾ ਪਲੱਸ ਪੁਆਇੰਟ ਇਸ ਵੇਲੇ ਇਹ ਹੈ ਜਦੋਂ ਦੇ ਜੋ ਬਾਈਡਨ ਗਏ ਆ ਉਹਦੇ ਤੋਂ ਬਾਅਦ ਇੱਕ ਨਵਾਂ ਲੋਕਾਂ ਦੇ ਵਿੱਚ ਉਤਸ਼ਾਹ ਆਇਆ ਜਿਹੜੇ ਡੈਮੋਕ੍ਰੇਟ ਸੀਗੇ ਤਾਂ ਇੱਕ ਦੀ ਇੱਕ ਇਹਨਾਂ ਦੁਬਾਰਾ ਰੀਚਾਰਜ ਹੋ ਗਏ ਤੇ ਉਹ ਵੱਡਾ ਜਿਹੜਾ ਪਲੱਸ ਪੁਆਇੰਟ ਇਹਨਾਂ ਦਾ ਆ ਦੂਜੇ ਸ਼ਹਿਰਾਂ ਦੇ ਵਿੱਚ ਸਪੋਰਟ ਤੇ ਜਿਹੜੇ ਸਬਅਰਬਨ ਨੇ ਥੋੜੇ ਜੇ ਕਸਬੇ ਨੇ ਉਹਨਾਂ ਦੇ ਵਿੱਚ ਵੱਡੀ ਸਪੋਰਟ ਕਮਾਲਾ ਹੈ ਹਰਸ ਦੀ ਆ ਪੈਂਸਿਲਵੇਨੀਆ ਆ ਜਿਹੜੇ ਉਹ ਰੀਜਨਸ ਜਿਹੜੇ ਨੇ ਉੱਥੇ ਸਿੱਧੇ-ਸਿੱਧੇ ਇਹਨਾਂ ਦੀ ਅਰਬਨ ਤੇ ਸਬਅਰਬਨ ਜਿਹੜੇ ਇਲਾਕੇ ਨੇ ਖਾਸ ਕਰ ਪੈਂਸਿਲਵੇਨੀਆ ਵਰਗੀ ਸਟੇਟ ਦੇ ਵਿੱਚ ਸਿੱਧੀ ਸਪੋਰਟ ਹੈਰਸ ਨੂੰ ਹੋ ਰਹੀ ਆ ਅੱਗੇ ਜਾ ਰਹੀ ਆ ਜਿਹੜੀ ਘੱਟ ਇਨਕਮ ਵਾਲੇ ਲੋਕ ਨੇ ਲੋ ਇਨਕਮ ਵੋਟਰਸ ਨੇ ਉਹਨਾਂ ਜਿਹੜੇ ਵੀ ਉਹ ਵੋਟ ਪਾ ਰਹੇ ਨੇ ਸਿੱਧੇ ਹੈਰਸ ਨੂੰ ਪਾ ਰਹੇ ਨੇ ਜਾਂ ਜ਼ਿਆਦਾ ਹੈਰਸ ਨੂੰ ਪਾ ਰਹੇ ਆ ਜਿੱਥੇ ਕਿਤੇ ਵੀ ਜਿਹੜੇ ਇਲਾਕਿਆਂ ਦੇ ਵਿੱਚ ਗਰੀਬੀ ਆ ਲੋਅਰ ਇਨਕਮ ਡੈਮੋਗ੍ਰਾਫਿਕਸ ਨੇ ਉਹ ਸਾਰੇ ਕਨਸਰਨਡ ਨੇ ਇਕਨੋਮਿਕ ਸਪੋਰਟ ਬਾਰੇ ਤੇ ਉਹ ਸਿੱਧੇ ਸਿੱਧੇ ਇਧਰਲੇ ਪਾਸੇ ਵੋਟ ਪਾ ਰਹੇ ਆ ਦੂਜੀ ਗੱਲ ਔਰਤਾਂ ਜਿਹੜੀਆਂ ਨੇ ਉਹ ਜ਼ਿਆਦਾ ਹੈਰਸਨ ਨੂੰ ਵੋਟ ਪਾ ਰਹੀਆਂ ਜਿਹੜੀਆਂ ਔਰਤਾਂ ਦੇ ਵੂਮਨਸ ਰਾਈਟਸ ਨੇ ਜਿਹੜੇ ਉਸ ਪੱਖ ਦੇ ਵਿੱਚ ਕਿ ਔਰਤਾਂ ਦੇ ਹੱਕਾਂ ਦੀ ਕੌਣ ਗੱਲ ਕਰਦਾ ਸਟਰੋਂਗਲੀ ਇਧਰਲੇ ਪਾਸੇ ਜਾ ਰਹੇ ਆ ਦੂਜਾ ਜਿਹੜਾ ਵਿਅਕਤੀ ਇੰਟਰਨੈਸ਼ਨਲ ਰਿਲੇਸ਼ਨਸ ਜਾਂ ਰੈਪਿਊਟੇਸ਼ਨ ਬਾਰੇ ਚਿੰਤਾਤ ਆ ਉਧਰਲੇ ਪਾਸੇ ਜ਼ਿਆਦਾ ਇਹਨਾਂ ਦਾ ਜਿਹੜਾ ਸਪੋਰਟ ਆ ਉਹ ਜ਼ਿਆਦਾ ਇਹਨਾਂ ਨੂੰ ਸਪੋਰਟ ਕਰ ਰਹੇ ਆ ਜਿਹੜੇ ਲੋਕ এনवायरमेंट ਬਾਰੇ ਕਨਸਰਨ ਨੇ ਕਲਾਈਮੇਟ ਪਾਲਿਸੀ ਬਾਰੇ ਕਨਸਰਨ ਨੇ ਜਾਂ ਇਹਨਾਂ ਨੂੰ ਲੱਗਦਾ ਕਿ ਵਾਤਾਵਰਨ ਦੇ ਉੱਤੇ ਜ਼ਿਆਦਾ ਗੱਲ ਕਰਨੀ ਚਾਹੀਦੀ ਆ ਹਰਸ ਨੂੰ ਸਪੋਰਟ ਕਰ ਰਹੇ ਆ ਜਿਹੜੇ ਲੋਕ ਜਿਹੜੇ ਜਿਹੜੀਆਂ ਮਾਰਜਨਲਾਈਜ਼ ਕਮਿਊਨਿਟੀਆਂ ਨੇ ਜਿਹੜੇ ਹਾਸ਼ਿਆਗਰਸਤ ਲੋਕ ਨੇ ਜਿਹੜੇ ਬੈਕਗ੍ਰਾਉਂਡ ਜਿਹੜੀ ਕਿਉਂਕਿ ਇਹਨਾਂ ਦੀ ਬੈਕਗ੍ਰਾਉਂਡ ਇਹ ਹੈ ਕਮਲਾ ਹਰਸ ਦੀ ਇਹਨਾਂ ਉਹਨਾਂ ਇਸ਼ੂਸ ਦੇਤੇ ਬਹੁਤ ਕੰਮ ਕੀਤਾ ਜਿਹੜੇ ਸੋਸ਼ਲ ਇਨਜਸਟਿਸ ਆ ਅਪੀਲਸ ਤੇ ਦੂਜੀਆਂ ਉਹ ਵੋਟਰ ਸਾਰੇ ਦਾ ਸਾਰਾ ਇਧਰਲੇ ਪਾਸੇ ਆ ਰਿਹਾ ਕੋਰ ਦੂਜੀ ਜਿਹੜੀਆਂ ਸਵਿੰਗ ਸਟੇਟਸ ਸਭ ਤੋਂ ਇੰਪੋਰਟੈਂਟ ਨੇ ਉਹਨਾਂ ਦੇ ਵਿੱਚੋਂ ਵਿਸਕੌਨਸਨ ਮਿਸ਼ੀਗਨ ਤੇ ਨਿਵਾਡਾ ਇੱਥੇ ਹਾਰ ਇਸ ਅੱਗੇ ਆ ਜਾਂ ਉਹਨਾਂ ਦਾ ਸਟਰੋਂਗ ਹੋਲਡ ਆ ਇਹ ਕਮਲਾ ਹੈਰਿਸ ਤੇ ਸਟਰੋਂਗ ਪੁਆਇੰਟ ਨੇ ਜਿੱਥੋਂ ਲੱਗਦਾ ਕਿ ਕਮਲਾ ਹੈਰਿਸ ਨੇ ਇਹਨਾਂ ਥਾਵਾਂ ਦੇ ਉੱਤੋਂ ਜਿਹੜਾ ਜਿੱਤ ਜਾਣਾ ਹੈ ਤੇ ਇਹ ਉਹਦੇ ਹੱਕ ਦੇ ਵਿੱਚ ਜਾਂਦੀ ਹੈ ਹੁਣ ਕਮਲਾ ਹੈਰਿਸ ਦਾ ਵਿਰੋਧ ਕਿੱਥੇ ਹੋ ਰਿਹਾ ਸਭ ਤੋਂ ਵੱਡਾ ਨੁਕਸਾਨ ਇਹਨਾਂ ਦਾ ਇਹ ਹੋ ਰਿਹਾ ਕਿ ਲੋਕਾਂ ਨੂੰ ਲੱਗਦਾ ਵੀ ਇਹ ਸਟਰੋਂਗ ਲੀਡਰ ਨਹੀਂ ਹੋ ਸਕਦੀ ਅਮਰੀਕਾ ਦੀ ਰਾਸ਼ਟਰਪਤੀ ਕਮਲਾ ਹੈਰਿਸ ਠੀਕ ਨਹੀਂ ਲੱਗਦਾ ਉਹਨਾਂ ਨੂੰ ਕਿਹੜੀ ਪਰਸੈਪਸ਼ਨ ਇਹ ਨਹੀਂ ਕਿ ਹੋ ਨਹੀਂ ਸਕਦੀ ਜਾਂ ਉਹਦੇ 'ਚ ਕੋਈ ਦੋ ਰਾਵਾਂ ਆ ਜਾਂ ਕੋਈ ਉਹਦੇ ਉੱਤੇ ਆ ਪਰ ਜਿਹੜੀ ਪਰਸੈਪਸ਼ਨ ਆ ਆਮ ਵੋਟਰ ਦੀ ਉਹ ਇਸ ਗੱਲ ਨੂੰ ਇਦਾਂ ਪਰਸੀਵ ਕਰ ਰਿਹਾ ਵੀ ਇਹਦਾ ਬਹੁਤ ਜ਼ਿਆਦਾ ਤਜਰਬਾ ਨਹੀਂ ਆ ਜਾਂ ਜਿਹੜੀ ਇਹਨਾਂ ਦੀ ਫੈਸਲਾ ਲੈਣ ਦਾ ਹੈਗਾ ਜਿਹੜੀ ਇੱਕ ਰਾਸ਼ਟਰਪਤੀ ਦੇ ਜਿਹੜਾ ਉਮੀਦਵਾਰ ਆ ਜਾਂ ਰਾਸ਼ਟਰਪਤੀ ਅਮਰੀਕਾ ਦਾ ਜਿਹੜਾ ਬਣਦਾ ਹੈ ਡਿਸੈਸਿਵਨੈਸ ਆ ਜਿਹੜੀ ਉਹਦੀ ਉਹਦੇ ਉੱਤੇ ਇਹਨਾਂ ਦਾ ਬਹੁਤਾ ਹੋਲਡ ਨਹੀਂ ਲੋਕ ਇਸ ਕਰਕੇ ਥੋੜਾ ਜਿਹਾ ਦੂਜੇ ਪਾਸੇ ਜਾ ਰਹੇ ਆ ਦੂਜਾ ਇੱਕ ਇਹ ਆ ਕਿ ਜਦੋਂ ਤੁਸੀਂ ਇਤਿਹਾਸ ਦੇਖਦੇ ਹੋ ਅਮਰੀਕਾ ਦਾ ਉਹਦੇ ਵਿੱਚ ਇਹ ਆ ਕਿ ਜਦੋਂ ਬਾਈਡਨ ਦੀ ਪੋਪੂਲਾਰਿਟੀ ਸੀਗੀ ਬਹੁਤ ਸਾਰੀਆਂ ਉਹਦੇ ਵਿੱਚ ਫਲਕਚੁਏਸ਼ਨ ਜਾਈਆਂ ਬਹੁਤ ਕੁਛ ਆਇਆ ਤੇ ਜਦੋਂ ਲੋਕ ਬਾਈਡਨ ਨੂੰ ਪਸੰਦ ਨਹੀਂ ਸੀ ਕਰਦੇ ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਸਮਝ ਲਿਆ ਜਾਵੇ ਵੀ ਹਾਇਰਸ ਨੂੰ ਪਸੰਦ ਵੀ ਨਹੀਂ ਸੀ ਕਰਦੇ ਕਿਉਂਕਿ ਪਾਲਿਸਿਜ਼ ਸੇਮ ਹੀ ਨੇ ਅਗਲੀ ਜਿਹੜੀ ਇਹਨਾਂ ਦੀ ਇੱਕ ਨੁਕਸਾਨ ਹੈ ਹੋ ਰਿਹਾ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹ ਫਿਗਰ ਕੰਟਰੋਵਰਸ਼ੀਅਲ ਰਹੇ ਆ ਮਤਲਬ ਕਈ ਮਾਮਲਿਆਂ ਦੇ ਵਿੱਚ ਇਹ ਕੰਟਰੋਵਰਸੀ ਇਹਨਾਂ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਜਿਹੜੀ ਆ ਉਹ ਜੁੜੀ ਰਹੀ ਆ ਪੋਲਰਾਈਜੇਸ਼ਨ ਨੂੰ ਲੈ ਕੇ ਜੈਂਡਰ ਤੇ ਜਿਹੜੇ ਰੇਸ ਡਾਇਨਾਮਿਕਸ ਆ ਇਨਰ ਦੀ ਆਇਡੈਂਟੀਟੀ ਇੱਕ ਔਰਤ ਵਜੋਂ ਆ ਤੇ ਉਹ ਵੀ ਰੰਗਦਾਰ ਔਰਤ ਵਜੋਂ ਉਹਦਾ ਅਮਰੀਕਾ 'ਚ ਨੁਕਸਾਨ ਹੋਊਗਾ ਪਿਛਲਾ ਜਿਹੜਾ ਬੈਕਲੈਸ਼ ਆ ਇਹਦਾ ਜਾਂ ਜਿਹੜੇ ਟ੍ਰੈਡੀਸ਼ਨਲ ਵੋਟਰ ਵੇਸ ਆ ਇੱਕ ਅਮਰੀਕਾ ਦਾ ਰਵਾਇਤੀ ਵੋਟਰ ਆ ਉਹਨਾਂ ਨੇ ਅਜੇ ਤੱਕ ਕਿਸੇ ਔਰਤ ਨੂੰ ਰਾਸ਼ਟਰਪਤੀ ਨਹੀਂ ਬਣਾਇਆ ਇਹ ਗੱਲ ਕੁਦਰਤੀ ਆ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਵੀ ਜਾਊਗੀ ਅ ਦੂਜਾ ਸਵਿੰਗ ਸਟੇਟਸ ਦੇ ਵਿੱਚ ਕੁਝ ਥਾਵਾਂ ਦੇ ਤੇਨਾਂ ਦੀ ਅਪੀਲ ਹੈਗੀ ਆ ਪਰ ਸਾਰੀਆਂ ਚ ਨਹੀਂ ਆ ਇਹ ਵਿਰੋਧ ਦੇ ਵਿੱਚ ਜਾ ਰਹੀ ਹੈ ਇਲੈਕਟਰਲ ਵਿਕਟਰੀ ਉੱਥੋਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਦੂਜਾ ਜਿਹੜੇ ਬਜ਼ੁਰਗ ਵੋਟਰ ਨੇ ਉਹ ਕਾਮਲਾ ਹੈਰਸ ਦੇ ਹੱਕ ਚ ਨਹੀਂ ਆ ਬਹੁਤੇ ਹੈਰਸ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਾਂ ਜੋ ਕੁਝ ਵੀ ਆ ਇਹਨਾਂ ਦੀ ਅਪੀਲ ਆ ਉਹਨਾਂ ਤੱਕ ਨਹੀਂ ਪਹੁੰਚ ਜਾਂ ਉਹ ਥੋੜੇ ਜਿਹਾ ਪਿੱਛੇ ਨੇ ਦੂਜੀ ਅਪਰੂਵਲ ਰੇਟਿੰਗ ਵੀ ਇਹਨਾਂ ਦੀ ਮਿਕਸ ਆ ਕਾਮਲਾ ਹੈਰਸ ਦੀ ਓਵਰਆਲ ਜੇਕਰ ਦੇਖਿਆ ਜਾਵੇ ਕਿ ਜਿਹੜੀ ਫੇਵਰੇਬਿਲਿਟੀ ਰੇਟਿੰਗ ਆ ਉਹ ਵੀ ਮਿਕਸ ਆ ਕੋ ਸਿੱਧੀ ਉਸ ਪਾਸੇ ਨਹੀਂ ਹੈ ਜਿਹੜੀ ਜਿਹੜੀ ਪ੍ਰੋਗਰੈਸਿਵ ਚੀਜ਼ਾਂ ਨੇ ਉਹਨਾਂ ਦੇ ਉੱਤੇ ਵੀ ਜਿਹੜੀ ਉਸ ਕਿਸਮ ਦਾ ਸਟਰੋਂਗ ਹੋਲਡਰ ਨਹੀਂ ਹੈ ਵੀ ਆਪਣੀ ਪਾਲਿਸੀ ਦੇ ਉੱਤੇ ਜਿਵੇਂ ਟਰੰਪ ਖੜੇ ਆਏ ਉਸ ਤਰ੍ਹਾਂ ਨਹੀਂ ਖੜਦੇ ਡਿਬੇਟ ਦੀ ਪਰਫਾਰਮੈਂਸ ਆਪਣੇ ਆਪ ਦੇ ਵਿੱਚ ਇੱਕ ਕਨਸਰਨ ਹੈਗਾ ਆ ਉਹ ਵੀ ਵੋਟਰਸ ਨੂੰ ਉੱਥੇ ਤੱਕ ਨਹੀਂ ਅਪੀਲ ਕਰ ਸਕੀ ਇੰਟਰੋਡਿਊਸ ਕਮਲਾ ਹਾਰਿਸਨ ਦੇ ਡਿਬੇਟਸ ਦੇ ਵਿੱਚ ਕੀਤਾ ਡਿਬੇਟ ਦੇ ਵਿੱਚ ਕੀਤਾ ਪਰ ਅ ਇਸੇ ਕਰਕੇ ਇਹਨਾਂ ਨੂੰ ਬਹੁਤ ਸਾਰੀਆਂ ਉਹਨਾਂ ਫੌਕਸ ਨਿਊਜ਼ ਵਰਗੀਆਂ ਅਨਸਕ੍ਰਿਪਟਡ ਇੰਟਰਵਿਊਸ ਤੇ ਜਾਣਾ ਪਿਆ ਜਿੱਥੇ ਇਹ ਵੋਟਰਸ ਤੱਕ ਪਹੁੰਚਣਾ ਚਾਹੁੰਦੇ ਸੀ ਕਿਉਂਕਿ ਡਿਬੇਟ ਦੇ ਵਿੱਚ ਗੱਲ ਉਹ ਸਾਦੇ ਤੱਕ ਬਣੀ ਨਹੀਂ ਸੀ ਤੇ ਤੀਜੀ ਡਿਬੇਟ ਦੀ ਵੀ ਉਹਨਾਂ ਨੇ ਮੰਗ ਕੀਤੀ ਸੀ ਜੇ ਤੁਹਾ ਡੋਨਲਡ ਟਰੰਪ ਕਹਿ ਕੇ ਵੀ ਸਾਡੇ ਕੋਲੇ ਇਹ ਡਿਬੇਟ ਬਹੁਤ ਅਜਿੰਨੇ ਹੋ ਗਏ ਦੂਜਾ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਅ ਡਿਵੀਜ਼ਨ ਆ ਡੈਮੋਕ੍ਰੇਟਸ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਆ ਉਹਦੇ ਵਿੱਚ ਇੰਟਰਨਲ ਡਿਵਾਈਡ ਆ ਹੈਰਸ ਦੀ ਜਿਹੜੀ ਹੈਗੀ ਆ ਕਿ ਉਹਨਾਂ ਨੂੰ ਇਕੱਠੇ ਰੱਖਣ ਦੀ ਜਿਹੜੀ ਯੋਗਤਾ ਉਹਦੇ ਉੱਤੇ ਵੀ ਸ਼ੱਕ ਦੂਜਾ ਕੈਂਡੀਡੇਟ ਸਾਡੇ ਕੋਲ ਡੋਨਲਡ ਟਰੰਪ ਨੇ ਜਿਹੜੇ ਡੋਨਲਡ ਟਰੰਪ ਆ ਇਸੇ ਤਰ੍ਹਾਂ ਇਹਨਾਂ ਦੇ ਬਹੁਤ ਸਾਰੇ ਪੁਆਇੰਟ ਜਿਹੜੇ ਉਹਨਾਂ ਦੇ ਹੱਕ 'ਚ ਜਾਂਦੇ ਆ ਜਾਂ ਕੁਝ ਪੁਆਇੰਟ ਉਹਨਾਂ ਦੇ ਜਾਂ ਕੁਝ ਨੁਕਤੇ ਜਿਹੜੇ ਇਹ ਵੀ ਨੇ ਜਿਹੜੇ ਅਮਰੀਕਾ ਦੇ ਵਿੱਚ ਉਹਨਾਂ ਦੇ ਵਿਰੋਧ ਦੇ ਵਿੱਚ ਜਾ ਰਹੇ ਆ ਇੱਕ ਤੇ ਇਹ ਹੈਗਾ ਕਿ ਜਿਹੜੇ ਰੂਰਲ ਵੋਟਰ ਨੇ ਨਾ ਪਿੰਡ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਬਜ਼ੁਰਗ ਵੋਟਰ ਬੈਠਾ ਉਹ ਕਮਲਾ ਹਾਰਿਸਨ ਨੂੰ ਵੋਟ ਨਹੀਂ ਪਾ ਰਿਹਾ ਉਹ ਸਿੱਧੀ ਟਰੰਪ ਨੂੰ ਵੋਟ ਪਾ ਰਿਹਾ ਬੋਥ ਸਟਰੋਂਗ ਬੇਸ ਆ ਜਿਹੜਾ ਸਟਰੋਂਗ ਬੇਸ ਆ ਰੂਰਲ ਅਮਰੀਕਾ ਦੇ ਵਿੱਚ ਜਿਹੜਾ ਉਹਨਾਂ ਨੂੰ ਮੈਸੇਜ ਦੇ ਰਿਹਾ ਹੈ ਕਿ ਇਕਨੋਮਿਕ ਰਵਾਈਵਲ ਦਾ ਜਾਂ ਉਹੀ ਅਮਰੀਕਾ ਜਿਹੜਾ ਅਸੀਂ ਦੁਬਾਰਾ ਬਣਾ ਦਾਂਗੇ ਉਹ ਸਿੱਧਾ ਉਧਰਲੇ ਪਾਸੇ ਜਾ ਰਿਹਾ ਦੂਜਾ ਜਿਹੜੇ ਵਾਈਟ ਨੇ ਗੋਰੇ ਨੇ ਵਰਕਿੰਗ ਕਲਾਸ ਵੋਟਰ ਆ ਬਹੁਤ ਵੱਡੀ ਸਪੋਰਟ ਆ ਡੋਨਲਡ ਟਰੰਪ ਦੀ ਉਹਨਾਂ ਲੋਕਾਂ ਦੇ ਵਿੱਚ ਕੋਈ ਜਿਹੜੇ ਵਾਈਟ ਨਾਨ ਕਾਲਜ ਐਜੂਕੇਟਿਡ ਸਿੱਧੇ ਆਪਣੀ ਜੋਬ ਸਿਕਿਉਰਿਟੀ ਤੇ ਜਿਹੜੀ ਇਕਨੋਮੀ ਨੂੰ ਦੇਖ ਰਹਾ ਹੈ ਤੇ ਉਹ ਸਿੱਧੇ ਬਾਈਡਨ ਨੂੰ ਅਦੇ ਮਾਫੀ ਚਾਹ ਰਹੇ ਡੋਨਲਡ ਟਰੰਪ ਨੂੰ ਸਪੋਰਟ ਕਰ ਰਹੇ ਜਿਹੜਾ ਟੈਕਸ ਲੋਅਰ ਕਰਨ ਦੀ ਗੱਲਬਾਤ ਕੀਤੀ ਆ ਕਿ ਟੈਕਸ ਲੋਅਰ ਜਾਂ ਇਨਕਮ ਟੈਕਸ ਉਹ ਕਹਿੰਦੇ ਬੰਦ ਹੀ ਕਰ ਦੇਣਾ ਕਦੇ ਹੁੰਦਾ ਹੀ ਨਹੀਂ ਸੀ ਅਮਰੀਕਾ ਦੇ ਵਿੱਚ ਇਹ ਤਾਂ ਕੁਛ ਦਹਾਕੇ ਪਹਿਲਾਂ ਆਇਆ ਤੇ ਉਹ ਬਹੁਤ ਅਪੀਲ ਕਰ ਰਹੀ ਹੈ ਜਿਹੜੀਆਂ ਇਕਨੋਮਿਕ ਪਾਲਿਸਿਸ ਨੇ ਜਿਹੜੇ bizness oriented ਨੇ ਉਹਨਾਂ ਨੂੰ ਬਹੁਤ ਖਿੱਚ ਰਹੀ ਹੈ ਜਿਹੜੇ 올ਡਰ ਵੋਟਰਸ ਨੇ ਬਜ਼ੁਰਗ ਵੋਟਰਸ ਨੇ ਉਹਨਾਂ ਦੇ ਵਿੱਚ ਖਾਸ ਇਹਨਾਂ ਦੀ ਪਪੂਲਾਰਿਟੀ ਹੈ ਜਿਹੜੀ ਸਨ ਬੈਲਟ ਸਟੇਟਸ ਨੇ ਪੂਰੀਆਂ ਦੀਆਂ ਪੂਰੀਆਂ ਉੱਥੇ ਬਿਨਾਂ ਸ਼ੱਕ ਇਹਨਾਂ ਦੀ ਲੀਡ ਆ ਚਾਹੇ ਉਹ ਐਰੀਜ਼ੋਨਾ ਆ ਚਾਹੇ ਜਾਰਜੀਆ ਆ ਨਾਰਥ ਕੈਰੋਲਾਈਨਾ ਆ ਉਹ ਸਪੋਰਟ ਜਿਹੜੀ ਆ ਕਿਤੇ ਨਾ ਕਿਤੇ ਦੱਸਦੀ ਆ ਕਿ ਇਹ ਰਾਸ਼ਟਰਪਤੀ ਅਗਲੇ ਬਣਨ ਦੀਨਾਂ ਦੀ ਸੰਭਾਵਨਾ ਵੱਧ ਜਾਂਦੀ ਹੈ ਹੁਣ ਜਿਹੜੀਆਂ ਸਵਿੰਗ ਸਟੇਟਸ ਨੇ ਸਵਿੰਗ ਸਟੇਟਸ ਦੇ ਵਿੱਚ ਜਿਹੜਾ ਜਾਰਜੀਆ ਆ ਨਾਰਥ ਕੈਰੋਲਾਈਨਾ ਆ ਇੱਥੇ ਇਹਨਾਂ ਦੀ ਸਪੋਰਟ ਬੜੀ ਤਕੜੀ ਆ ਤੋ ਕੁਦਰਤੀ ਆ ਵੀ ਇਲੈਕਟਰਲ ਵਿਕਟਰੀ ਵੱਲੋਂ ਇੱਥੋਂ ਇਹਨਾਂ ਨੇ ਜਾਣਾ ਉੱਥੇ ਤੇ ਨਿਰਪੱਖ ਕਰਦਾ ਉਹ ਵੀ ਜਾ ਸਕਦੀ ਹੈ ਦੂਜੀ ਜਿਹੜੀ ਹੈਗੀ ਆ ਕਿ ਗ੍ਰਾਸ ਰੂਟ ਕੈਂਪੇਨਿੰਗ ਦਾ ਇਹਨਾਂ ਦਾ ਅਸਰ ਆ ਕਮਲਾ ਹਾਇਰਸ ਨਾਲੋਂ ਕਿਤੇ ਜ਼ਿਆਦਾ ਆ ਇਹਨਾਂ ਦੇ ਬਿਆਨਾਂ ਦੇ ਨਾਲ ਇਹਨਾਂ ਦੀ ਕੈਂਪੇਨਿੰਗ ਦੀ ਜਿਹੜੀ ਸਟ੍ਰੈਟੇਜੀ ਆ ਉਹਦੇ ਨਾਲ ਵੋਟਰ ਸਿੱਧਾ ਆਪਣੇ ਵੱਲ ਖਿੱਚਿਆ ਜਾਂਦਾ ਤੇ ਉਹ ਬੜੀ ਇਫੈਕਟਿਵ ਆ ਇਹਨਾਂ ਦੇ ਹੱਕ ਦੇ ਵਿੱਚ ਖਾਸ ਤੌਰ ਦੇ ਉੱਤੇ ਜਾ ਰਹੀ ਆ ਤੇ ਇੱਕ ਸਟਰੋਂਗ ਜਿਹੜਾ ਹੋਲਡ ਆ ਉਹ ਇਹਨਾਂ ਨੂੰ ਮਿਲ ਰਿਹਾ ਹੈ ਹੁਣ ਕੁਦਰਤੀ ਆ ਵੀ ਕੁਝ ਗਲਮਰੋਚ ਚ ਵੀ ਜਾ ਰਹੀਆਂ ਜਿਹੜੀਆਂ ਨਾ ਲੀਗਲ ਟ੍ਰੈਵਲਸ ਨੇ ਕਾਨੂੰਨੀ ਅੜਚਨਾ ਵੱਡਾ ਦਿੱਕਤ ਬਣ ਰਹੀਆਂ ਡੋਨਲਡ ਟਰੰਪ ਦੇ ਵਿੱਚ ਵੀ ਜਿਹੜੇ ਬੰਦੇ ਤੇ ਇੰਨੇ ਕੇਸ ਚੱਲਦੇ ਆ ਕੋਈ ਜਿਹੜਾ ਆਪਣੇ ਕਲਾਸੀਫਾਈਡ ਡਾਕੂਮੈਂਟਸ ਦਾ ਕੇਸ ਆ ਕੋਈ ਕੋ ਔਰਤ ਨੂੰ ਸਟੋਮੀ ਡੇਨੀਅਲ ਨੂੰ ਪੈਸੇ ਦੇਣ ਵਾਲਾ ਕੇਸ ਆ ਕੋਈ ਆਪਣੇ ਬਿਜ਼ਨਸ ਰਿਕਾਰਡ ਗਲਤ ਦੱਸਣ ਵਾਲਾ ਕੇਸ ਆ ਸਸਤਾ ਇੰਸ਼ੋਰੈਂਸ ਲੈਣ ਵਾਲਾ ਜਾਂ ਮੌਰਗੇਜ ਲੈਣ ਵਾਲਾ ਕੇਸ ਆ ਉਹ ਸਾਰੇ ਦੇ ਸਾਰੇ ਕੇਸ ਇਹਨਾਂ ਦੇ ਲਈ ਦਿੱਕਾ ਬਣ ਰਿਹਾ ਹੈ ਬੰਦਾ ਵੋਟ ਪਾਉਣ ਲੱਗਾ ਕਿਤੇ ਨਾ ਕਿਤੇ ਸੋਚਦਾ ਵੀ ਕਿਹਨੂੰ ਚੁੜ ਰਹੇ ਆ ਉਹ ਗੱਲ ਭਾਵੇਂ ਉਹਨਾਂ ਚਾਹੇ ਕੋਈ ਮਤਲਬ ਜਿਹੜੇ ਦੋਸ਼ੀ ਹੁੰਦੇ ਨਹੀਂ ਹੁੰਦੇ ਬਾਅਦ ਦੀ ਗੱਲ ਆ ਇਹ ਕਹਿੰਦੇ ਵੀ ਮੈਨੂੰ ਜਾਣ ਕੇ ਫਸਾਇਆ ਗਿਆ ਉਹਨਾਂ ਕੇਸਾਂ ਦੇ ਵਿੱਚ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਜਾਣਗੇ ਦੂਜੀ ਪੋਲਰਾਈਜੇਸ਼ਨ ਜਿਹੜੀ ਇੱਕ ਮਤਲਬ ਵੰਡ ਕੇ ਚੱਲਣ ਦੀ ਨੀਤੀ ਆ ਇਹਨਾਂ ਦੀ ਸਿੱਧਾ ਸਿੱਧਾ ਕਿ ਇਧਰਲੇ ਪਾਸੇ ਆਜੋ ਜਿਹੜੇ ਉਹ ਇਹਨਾਂ ਵਾਲੇ ਪੱਖ ਵਾਲੇ ਆ ਸੱਜੇ ਪੱਖੀ ਆ ਉਹ ਤਾਂ ਉੱਥੇ ਚਲੇ ਜਾਂਦੇ ਆ ਦੂਜੇ ਵੋਟਰਸ ਫਿਰ ਟੁੱਟ ਜਾਂਦੇ ਆ ਉਹ ਸਿੱਧੇ ਹੀ ਕਮਲਾ ਹੈਰਿਸ ਦੇ ਹੱਕ 'ਚ ਚਲੇ ਜਾਂਦੇ ਆ ਸਵਿੰਗ ਸਟੇਟਸ ਦੇ ਵਿੱਚ vulnerability ਬਣੀ ਆ ਕਿਤੇ ਨਾ ਕਿਤੇ سپورਟ ਹੈਗੀ ਆ ਪਰ ਉਹ ਰિસ્ਕੀ ਆ ਇਧਰ ਉਧਰ ਜਾ ਸਕਦੀ ਆ ਕੁਝ ਵੋਟਰਸ ਨੂੰ ਇਹ ਲੱਗਦਾ ਕਿ ਜੇਕਰ ਇਹ ਆ ਜਾਂਦੇ ਜਿਹੜੀ ਪਹਿਲਾਂ ਪ੍ਰੈਜ਼ੀਡੈਂਸੀ ਦੇ ਵਿੱਚ ਸੀਗੇ ਉਸ ਵੇਲੇ ਜਿਹੜੇ ਆਰਥਿਕ ਚੈਲੰਜ ਆਏ ਸੀ ਉਹਦੇ ਨਾਲ ਬੰਦਾ ਥੋੜਾ ਜਿਹਾ ਡਰਦਾ ਅਗਲੀ ਵਾਰੀ ਉਹਦਾ ਕਾਰਨ ਇਹ ਆ ਇੱਕ ਤੇ ਹੁੰਦੀ ਆ ਐਂਟੀ ਇਨਕੰਮਬੈਂਸੀ ਵੀ ਅੱਜ ਜਿਹੜਾ ਰਾਸ਼ਟਰਪਤੀ ਆ ਜਾ ਜਿਹੜਾ ਕੋ ਵੋਟਾਂ ਦੇ ਵਿੱਚ ਖੜਾ ਆ ਪਹਿਲਾਂ ਵੀ ਉਹੀ ਆ ਲੋਕ ਉਹਨੂੰ ਦੇਖ ਚੁੱਕੇ ਹੁੰਦੇ ਉਹਦੇ ਤੋਂ ਅੱਕੇ ਹੁੰਦੇ ਆ ਤੇ ਉਹ ਕੁਦਰਤੀ ਆ ਵਿਰੋਧ ਦੇ ਵਿੱਚ ਵੋਟ ਪਾਉਂਦੇ ਆ ਪਰ ਡੈਮੋਕ੍ਰੇਟਸ ਦੇ ਵਿੱਚ ਪਾਰਟੀ ਉਹੀ ਆ ਰਾਜ ਉਹੀ ਕਰ ਰਹੀ ਆ ਰਾਸ਼ਟਰਪਤੀ ਦਾ ਚਿਹਰਾ ਬਦਲ ਗਿਆ ਉਮੀਦਵਾਰ ਕਮਲਾ ਹੈਰਿਸ ਬਣ ਗਈ ਲੋਕਾਂ ਦਾ ਜਿਹੜਾ ਐਂਟੀ ਇਨਕੰਮਬੈਂਸੀ ਵਾਲਾ ਜਾਂ ਲੋਕਾਂ ਦਾ ਪਹਿਲਾਂ ਉਹ ਆ ਕਿ ਉਹ ਡੋਨਲਡ ਟਰੰਪ ਦੇ ਉੱਤੇ ਉਹ ਸਾਰਾ ਜਿਹੜਾ ਨੁਕਸਾਨ ਹੋ ਰਿਹਾ ਵੀ ਲੋਕਾਂ ਨਾਲ ਇਹ ਰਾਸ਼ਟਰਪਤੀ ਤਾਂ ਦੇਖ ਚੁੱਕੇ ਆ ਇਹਨੇ ਆ ਕੀਤਾ ਸੀ ਚਲੋ ਇੱਕ ਵਾਰੀ ਨਵਾਂ ਟਰਾਈ ਕਰਦੇ ਆ ਹੁਣ ਜੇ ਤੇ ਉਹਦੇ ਮੁਕਾਬਲੇ ਜੋ ਬਾਈਡਨ ਹੁੰਦਾ ਫੇ ਤੇ 트ੰਪ ਦੀ ਸਪੋਰਟ ਕੁਦਰਤੀ ਜ਼ਿਆਦਾ ਹੋਣੀ ਸੀ ਪਰ ਕਿਉਂਕਿ ਹੁਣ ਨਵਾਂ ਚਿਹਰਾ ਆ ਦੂਜੇ ਪਾਸੇ ਉਹ ਜਿਹੜਾ ਇੱਕ ਨਵੇਂ ਚਿਹਰੇ ਵਾਲਾ ਫੈਕਟਰ ਹੁੰਦਾ ਆ ਉਹ ਹੈਰਸ ਦੇ ਹੱਕ ਦੇ ਵਿੱਚ ਜਾ ਰਿਹਾ ਤੇ ਉਹ ਇਹਨਾਂ ਦੇ ਵਿਰੋਧ ਦੇ ਵਿੱਚ ਜਾ ਰਿਹਾ ਵੀ ਲੋਕਾਂ ਨੇ ਪਹਿਲਾਂ ਦੇਖ ਲਿਆ ਦੂਜਾ ਜੈਂਡਰ ਗੈਪ ਬਹੁਤ ਵੱਡਾ ਔਰਤਾਂ 트ੰਪ ਦੀਆਂ ਸਪੋਰਟਰ ਨਹੀਂ ਆਈਆਂ ਜਿਹੜੀ ਸ਼ਿਫਟ ਆ ਵੱਡੀ 트ੰਪ ਦੇ ਮਾਮਲੇ ਦੇ ਵਿੱਚ ਉਹ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਆ ਉਹ 트럼ਪ ਤੋਂ ਦੂਰ ਵੀ ਹੋਈਆਂ ਮਤਲਬ ਇਹਨੂੰ ਵੋਟ ਪਾਉਣ ਵੇਲੇ ਕੁਦਰਤੀ ਇਕਤਾ ਕਮਲਾ ਹਾਇਰਿਸ ਉਹਦੇ ਹੱਕ ਦੇ ਵਿੱਚ ਜਾਣਗੀਆਂ ਤੇ ਇਹ ਵੀ ਗੱਲ ਇਹਨਾਂ ਦੇ ਵਿਰੋਧ ਦੇ ਵਿੱਚ ਜਾ ਰਹੀ ਹੈ ਦੂਜੀ ਇਹ ਆ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਜਾਂ ਸਬਅਰਬਸ ਦੇ ਵਿੱਚ ਉੱਥੇ ਕਮਜ਼ੋਰ ਆ ਆਧਾਰ ਡੋਨਲਡ 트럼ਪ ਦਾ ਪਿੰਡਾਂ ਦੇ ਵਿੱਚ ਵਾਈਟ ਦੇ ਵਿੱਚ ਬਹੁਤ ਸਟਰੋਂਗ ਆ ਪਰ ਸ਼ਹਿਰਾਂ ਦੇ ਵਿੱਚ ਉੱਥੇ ਵੋਟ ਬਹੁਤ ਆ ਸ਼ਹਿਰਾਂ ਦੇ ਵਿੱਚ ਉਹਦਾ ਫਰਕ ਕੁਦਰਤੀ ਤੌਰ ਤੇ ਇਹਨਾਂ ਨੂੰ ਪਾਊਗਾ ਸੋ ਕਈ ਇਹਨਾਂ ਦੇ ਚੈਲੰਜਸ ਵੀ ਨੇ ਇਸ ਗੱਲ ਦੇ ਉੱਤੇ ਤੇ ਦੂਜਾ ਇਹਨਾਂ ਦਾ ਜਿਹੜਾ ਚੁਣਿਆ ਜਾਣਾ ਥੋੜਾ ਜਿਹਾ ਲੱਗਦਾ ਵੀ ਹੈ ਕਿ ਚੁਣੇ ਜਾਂਦੇ ਆ ਕਿ ਨਹੀਂ ਕੁਛ ਜਿਹੜੀ ਹੈਗੀ ਹੈ ਇਹਨਾਂ ਦੀ ਰੈਪਿਊਟੇਸ਼ਨ ਜਿਹੜੀ ਉਸ ਕਿਸਮ ਦੀ ਹੈ ਜਾਂ ਲੋਕ ਇਸ ਕਿਸਮ ਤੋਂ ਥੋੜਾ ਜਿਹਾ ਡਰਦੇ ਵੀ ਆ ਸੋ ਇਹ ਇੱਕ ਵੱਡਾ ਇਸ਼ੂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਪਰ ਬਹੁਤ ਨੇੜੇ ਦੀ ਰੇਸ਼ ਆ ਦੋਵਾਂ ਦੇ ਕੋਲ ਆਪਣੀ ਇੱਕ ਸਟਰੋਂਗ ਪੁਆਇੰਟ ਨੇ ਦੋਵਾਂ ਦੇ ਕੋਲੇ ਵੀਕਨੈਸਸ ਨੇ 8 ਦਿਨ ਰਹਿ ਗਏ ਆ ਦੇਖੋ ਲੋਕ ਕਿਹਨੂੰ ਆਪਣਾ ਰਾਸ਼ਟਰਪਤੀ ਬਣਾਉਂਦੇ ਆ ਅਗਲੀ ਗੱਲ ਬਾਤ ਦੋਸਤੋ ਐਲਨ ਮਸਕ ਬਾਰੇ ਐਲਨ ਮਸਕ ਦੁਨੀਆ ਦਾ ਸਭ ਤੋਂ ਵੱਧ ਅਮੀਰ ਵਿਅਕਤੀ ਆ ਜਾਂ ਇਦਾਂ ਕਿਹਾ ਜਾ ਸਕਦਾ ਕਿ ਇਹ ਪਹਿਲਾ ਬੰਦਾ ਬਣੂਗਾ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹਦੇ ਕੋਲ ਇੰਨਾ ਪੈਸਾ ਹੋਊਗਾ ਜਿਹੜਾ ਪਹਿਲਾਂ ਕਿਸੇ ਕੋਲ ਵੀ ਨਹੀਂ ਸੀ ਟ੍ਰਿਲੀਅਨਰ ਕਿਹਾ ਜਾ ਰਿਹਾ ਕਿ ਦੁਨੀਆ ਦਾ ਪਹਿਲਾ ਟ੍ਰਿਲੀਅਨਰ ਐਲਨ ਮਸਕ ਬਣੂਗਾ ਐਲਨ ਮਸਕ ਨੂੰ ਅਸੀਂ ਟੈਸਲਾ ਕਾਰ ਕਰਕੇ ਜਾਣਦੇ ਆ ਸਪੇਸ ਐਕਸ ਕਰਕੇ ਜਾਣਦੇ ਆ ਕਿੰਨੀਆਂ ਚੀਜ਼ਾਂ ਕਰਕੇ ਜਾਣਦੇ ਆ ਹੁਣ ਐਲਨ ਮਸਕ ਕੇਸ ਕਰਕੇ ਚਰਚਾ ਦੇ ਵਿੱਚ ਆ ਕਿਉਂਕਿ ਉਹਨੇ 트럼ਪ ਦੀ ਸਪੋਰਟ ਕੀਤੀ ਔਰ ਖੁੱਲ ਕੇ ਕੀਤੀ ਆ ਲਾਟਰੀ ਦੀ ਗੱਲ ਵੀ ਆਪਾਂ ਪਿੱਛੇ ਜੇ ਕੀਤੀ ਸੀ ਤੁਹਾਡੇ ਨਾਲ ਕਿ ਮਿਲੀਅਨ ਡਾਲਰ ਰੋਜ਼ ਇਹ ਕੱਢ ਰਹੇ ਆ ਤੇ ਪੈਂਸਿਲਵੇਨੀਆ ਦੇ ਵਿੱਚ 100 ਡਾਲਰ ਹਰ ਇੱਕ ਵੋਟਰ ਨੂੰ ਦੇ ਰਹੇ ਐ ਜਿਹੜੇ ਉਹ ਸਾਈਨ ਕਰਨ ਦੇ ਲਈ ਜਿਹੜੀ ਪਟੀਸ਼ਨ ਹੁਣ ਆਮ ਤੌਰ ਤੇ ਕਹਿੰਦੇ ਵੀ ਜੇ ਬੰਦੇ ਦਾ ਕੋਈ ਮਤਲਬ ਅੱਗਾ ਪਿੱਛਾ ਸਾਰਾ ਉਹਦਾ ਇਤਿਹਾਸ ਤੇ ਜਿਹੜਾ ਭਵਿਖਾ ਜਿਹੜਾ ਭੂਤ ਆ ਉਹਦਾ ਕੱਢਣਾ ਹੋਵੇ ਵੋਟਾਂ 'ਚ ਖੜਾ ਕਰਦੇ ਹੋ ਤੇ ਹੁਣ ਐਲਨ ਮਸਕ ਕਿਉਂਕਿ سپورਟ ਕਰ ਰਿਹਾ ਡੋਨਲਡ ਟਰੰਪ ਦੀ ਇਸ ਕਰਕੇ ਲੋਕਾਂ ਨੇ ਜਾਂ ਜਿਹੜੇ ਆਲੋਚਕ ਨੇ ਉਹਨਾਂ ਨੇ ਇਹਦਾ ਵੀ ਹਿਸਾਬ-ਕਤਬ ਕੱਢ ਕੇ ਬਾਹਰ ਲੈ ਜਾਂਦਾ ਤੇ ਕਿਹਾ ਇਹ ਜਾ ਰਿਹਾ ਸਵਾਲ ਬੜਾ ਵੈਸੇ ਇਹ ਅਜੀਬ ਆਰ ਜਾਂ ਜਿਸ ਕਿਸਮ ਦੀ ਗੱਲਬਾਤ ਚੱਲ ਰਹੀ ਆ ਕਿ ਐਲਨ ਮਸਕ ਵੀ ਤਾਂ ਇਮੀਗ੍ਰੈਂਟਸ ਆ ਇਮੀਗ੍ਰੈਂਟ ਆ ਇਹ ਕਿਹੜਾ ਅਮਰੀਕਾ 'ਚ ਇਹਦਾ ਜਨਮ ਹੋਇਆ ਦੂਜੀ ਗੱਲ ਜਦੋਂ ਇਹ ਇੱਥੇ ਕੰਮ ਕਰਦਾ ਸੀ ਉਦੋਂ ਤੇ ਇਹਦੇ ਕੋਲੇ ਕੰਮ ਕਰਨ ਦਾ ਅਧਿਕਾਰ ਵੀ ਨਹੀਂ ਸੀ ਐਲਨ ਮਸਕ ਕੋਲ ਅਮਰੀਕਾ ਦੇ ਵਿੱਚ ਤੇ ਫੇਰ ਇਮੀਗ੍ਰੈਂਟਸ ਦੇ ਵਿਰੋਧ ਡੋਨਲਡ ਜਿਹੜਾ ਡੋਨਲਡ 트ੰਪ ਕਰ ਰਿਹਾ ਤੇ ਇਹ ਵੀ ਤੇ ਇਮੀਗ੍ਰੈਂਟ ਆ ਜਾਂ ਹੁਣ ਉਹ ਕੇਸ ਇਹ ਕੱਢ ਕੇ ਲਿਆਇਆ ਕਿ ਜਦੋਂ ਐਲਨ ਮਸਕ ਇੱਥੇ ਕੰਮ ਕਰਦਾ ਸੀ ਤਾਂ ਉਸ ਵੇਲੇ ਇਹ ਕੰਮ ਨਹੀਂ ਸੀ ਕਰ ਸਕਦਾ ਲੀਗਲੀ ਅਮਰੀਕਾ ਦੇ ਵਿੱਚ ਆਪਾਂ ਇਹਦੇ ਇਸ ਇਹਨੂੰ ਸਮਝਣ ਦੇ ਲਈ ਪਹਿਲਾਂ ਉਹਦੀ ਹਿਸਟਰੀ ਜਿਹੜੀ अर्ਲੀ ਲਾਈਫ ਹੈ ਦੀ ਜਾਂ ਐਜੂਕੇਸ਼ਨ ਆ ਇਹ ਪ੍ਰਟੋਰੀਆ ਦੇ ਵਿੱਚ ਦਾ ਜਨਮ ਹੋਇਆ ਸਾਊਥ ਅਫਰੀਕਾ ਦੇ ਵਿੱਚ ਐਲਨ ਮਸਕ ਦਾ 1971 ਦੇ ਵਿੱਚ ਟੈਕਨੋਲੋਜੀ ਦੇ ਵਿੱਚ ਪ੍ਰੋਗਰਾਮਿੰਗ ਦੇ ਵਿੱਚ ਇਹਦੀ ਦਿਲਚਸਪੀ ਸੀਗੀ ਪਹਿਲਾ ਗੇਮ ਕੋਡ ਨੇ ਉਦੋਂ ਵਿੱਚ ਆ ਸੀ ਜਦੋਂ ਇਹ ਬਾਰ ਵਿੱਚ ਪੜਦਾ ਸੀ 17 ਸਾਲਾਂ ਦਾ ਸੀ ਜਦੋਂ ਇੱਥੇ ਕੈਨੇਡਾ ਆ ਗਿਆ ਸੀ ਇਹ ਐਜੂਕੇਸ਼ਨਲ ਜਾਂ ਪ੍ਰੋਫੈਸ਼ਨਲ ਓਪਰਚ्युनिटीज ਦੇ ਲਈ ਉੱਥੋਂ ਆਪਣੇ ਸਾਊਥ ਅਫਰੀਕਾ ਤੋਂ ਕਿਉਂਕਿ ਇਹ ਮਦਰ ਕੈਨੇਡੀਅਨ ਬੌਰਨ ਸੀ ਉਹਦੇ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਜਿਹੜੀ ਪੜ੍ਹਾਈ ਕੀਤੀ ਹੈ ਕੁਇਨਸ ਯੂਨੀਵਰਸਿਟੀ ਦੇ ਵਿੱਚ ਕੈਨੇਡਾ ਦੇ ਵਿੱਚ ਜਦੋਂ ਬਾਅਦ ਦੇ ਵਿੱਚ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਵਿੱਚ ਚਲੇ ਗਿਆ ਤੇ ਉੱਥੇ ਨੇ ਫਿਜ਼ਿਕਸ ਤੇ ਇਕਨੋਮਿਕਸ ਦੇ ਵਿੱਚ ਪੜ੍ਹਾਈ ਕੀਤੀ। ਇਹ ਜਦੋਂ ਜਿਹੜੇ ਇਮੀਗ੍ਰੇਸ਼ਨ ਦੇ ਚੈਲੰਜਸ ਜਾਂ ਕਹੋ 1995 ਦੇ ਵਿੱਚ ਇਹ ਕੈਲੀਫੋਰਨੀਆ ਦੇ ਵਿੱਚ ਮੂਵ ਕਰ ਗਿਆ ਤੇ ਉੱਥੇ ਜ਼ਿਪ 2 ਇੱਕ ਸੌਫਟਵੇਅਰ ਕੰਪਨੀ ਸੀ ਉਹ ਕੰਪਨੀ ਬਣਾਈ। ਹੁਣ ਇੱਥੇ ਰੌਲਾ ਪੈ ਰਿਹਾ ਕਿ ਕੀ 95 ਦੇ ਵਿੱਚ ਐਲਨ ਮਸਕ ਅਮਰੀਕਾ ਦਾ ਸਿਟੀਜ਼ਨ ਸੀ? ਉਹ ਨਹੀਂ ਸੀ। ਕੀ ਇਹਦੇ ਕੋਲ অথরাইਜ਼ ਸੀਗਾ ਕਿ ਉਹਥੇ ਕੰਮ ਕਰ ਸਕੇ ਸੇ ਪਟੂ ਦਾ ਹੁਣ ਕੁਝ ਲੋਕ ਤੇ ਇਹ ਕਹਿ ਰਹੇ ਆ ਵੀ ਸਵਾਲ ਤੇ ਪੈਦਾ ਹੁੰਦਾ ਵੀ ਆ ਇੱਕ ਕਿੱਡਾ ਵੱਡਾ ਵਿਅਕਤੀ ਜਿਹਦੇ ਉਹ ਕੰਮ ਕਰ ਦਿੱਤੇ ਜਿਹੜੇ ਅਮਰੀਕਾ ਦੇ ਸਾਇੰਟਿਸਟਾਂ ਤੋਂ ਨਹੀਂ ਹੋ ਸਕੇ NASA ਤੋਂ ਨਹੀਂ ਹੋ ਸਕੇ ਐਡੇ ਵੱਡੇ ਉਹਦਾ ਜਿਹੜਾ ਉਹ ਇੱਕ ਐਕਸਟਰਾਔਰਡਨਰੀ ਵਿਅਕਤੀ ਆ ਤੇ ਉਹ ਤੇ ਧੰਨ ਭਾਗ ਕਹਿਣਾ ਚਾਹੀਦਾ ਵੀ ਤੁਹਾਡੇ ਦੇਸ਼ ਦੇ ਵਿੱਚ ਆ ਕੇ ਵਸਿਆ ਤੇ ਹੁਣ ਸਵਾਲ ਇਹ ਉੱਠ ਰਹੇ ਆ ਕਿ ਜਦੋਂ ਉਹ ਜ਼ਿੱਪ 2 ਕੰਪਨੀ ਬਣਾਈ ਸੀ ਤੇ ਮੁੜ ਕੇ ਉਹਨੇ 95 ਦੇ ਵਿੱਚੋਂ ਬਣਾ ਕੇ 98 99 ਦੇ ਵਿੱਚ 300 ਮਿਲੀਅਨ ਡਾਲਰ ਦੀ ਵੇਚ ਦਿੱਤੀ ਉਦੋਂ ਉਹਦੇ ਕੋਲੇ ਕੰਮ ਕਰਨ ਦਾ ਅਧਿਕਾਰ ਸੀਗਾ ਕਿ ਨਹੀਂ ਸੀਗਾ ਇੱਥੇ ਐਲਨ ਮਸਕ ਆਪ ਵੀ ਮੰਨਦਾ ਕਿ ਗ੍ਰੇ ਏਰੀਆ ਆ ਇਹਨੇ x.com ਬਣਾਈ ਸੀ ਇੱਕ ਤੇ PayPal ਜਿਹਦੇ ਉੱਤੇ ਆਪਾਂ ਉਹ ਜਿਹੜਾ ਪਹਿਲਾ ਜ਼ਿੱਪ ਜ਼ਿੱਪ 2 ਜਿਹੜੀ ਸੀਗੀ ਉਹਦੇ 'ਚ 300 ਮਿਲੀਅਨ ਬਣਾਇਆ 95 'ਚ ਬਣਾ ਕੇ 98 'ਚ 99 'ਚ ਵੇਚ ਕੇ ਉਹ 300 ਮਿਲੀਅਨ ਦੇ ਨਾਲ x.com ਬਣਾਈ ਤੇ ਇੱਕ ਆਨਲਾਈਨ ਪੇਮੈਂਟ ਕੰਪਨੀ ਸੀਗੀ ਤੇ ਬਾਅਦ ਦੇ ਵਿੱਚ ਜਿਹੜੀ x.com ਸੀ ਉਹ PayPal ਬਣ ਗਈ ਜਿਹੜੀ ਕਿ ਹੁਣ ਵੀ ਆਪਾਂ ਯੂਜ਼ ਕਰਦੇ ਆਂ ਤੇ ਮੁੜ ਕੇ ਈਬੇ ਨੇ ਇਹਨੂੰ ਐਕਵਾਇਰ ਕਰ ਲਿਆ 2002 ਦੇ ਵਿੱਚ 1.5 ਬਿਲੀਅਨ ਦੇ ਵਿੱਚ ਤੇ ਉਸ ਵੇਲੇ ਮਸਕ ਦੀ ਜਿਹੜੀ ਵਰਥ ਸੀਗੀ ਉਹ 170 ਮਿਲੀਅਨ ਦੱਸੀ ਜਾ ਰਹੀ ਹੈ ਫਿਰ ਸਪੇਸ ਐਕਸ ਜਿਹੜੀ ਆਹਾ ਸਿਗਾ ਇਹ 2002 ਦੇ ਵਿੱਚ ਇਹਨੇ ਸਪੇਸ ਐਕਸ ਬਣਾਈ ਜਿਹੜੀ ਸਪੇਸ ਟਰੈਵਲ ਕਾਸਟ ਘਟਾ ਦਿੱਤੀ ਵੀ ਉੱਤੇ ਜਾਣਾ ਬਹੁਤ ਸੌਖਾ ਹੋ ਜੇ ਜਿਹੜਾ ਮਾਰਸ ਜਾਂ ਦੂਜੀਆਂ ਥਾਵਾਂ ਨੂੰ ਉਹਨਾਂ ਨੇ ਐਕਸਪਲੋਰ ਕੀਤਾ ਫਿਰ ਆਹ 2004 ਦੇ ਵਿੱਚ ਇਹਨਾਂ ਨੇ ਟੈਸਲਾ ਦੀ ਇਨਵੈਂਸ਼ਨ ਕੀਤੀ ਟੈਸਲਾ ਮੋਟਰਸ ਦੇ ਬਾਦ ਦੇ ਵਿੱਚ ਉਹਦੇ ਸੀਈਓ ਬਣ ਗਏ ਇਹਦੀ ਲੀਡਰਸ਼ਿਪ ਥਲੇ ਟੈਸਲਾ ਜਿਹੜਾ ਗਲੋਬਲ ਲੀਡਰ ਬਣਿਆ ਇਲੈਕਟ੍ਰਿਕ ਵਹੀਕਲਸ ਦੇ ਵਿੱਚ ਤੇ ਕਾਰਾਂ ਦੀ ਪੂਰੀ ਦੀ ਇੰਡਸਟਰੀ ਦੀ ਇੰਡਸਟਰੀ ਬਦਲ ਕੇ ਰੱਖ ਦਿੱਤੀ ਜਾਂ ਸੋਲਰ ਸਿਟੀ ਯਰ ਇਨੇਵਲ એનર્ਜੀ ਸੀਗਾ ਇਹਨੇ ਸੋਲਰ ਸਿਟੀ 2006 ਦੇ ਵਿੱਚ ਜਿਹੜੀ ਸੋਲਰ એનર્ਜੀ ਐਕਸੈਸ ਉਹਨੂੰ ਕੀਤਾ ਟੈਸਲਾ ਨੇ ਬਾਅਦ ਵਿੱਚ ਸੋਲਰ ਸਿਟੀ ਨੂੰ ਅਕਵਾਇਰ ਕਰ ਲਿਆ ਤੇ ਸੋਲਰ એનર્ਜੀ ਤੇ ਬੈਟਰੀ ਸਟੋਰੇਜ ਨੂੰ ਫਿਰ ਇੰਟੀਗ੍ਰੇਟ ਕੀਤਾ ਜਿਹੜੀ ਜਿਹੜਾ ਸਿਗਾ ਬੋਰਿੰਗ ਕੰਪਨੀ ਇਨਫਰਾਸਟ੍ਰਕਚਰ ਇਹਨੇ ਬੋਰਿੰਗ ਕੰਪਨੀ 2016 ਦੇ ਬਣਾ ਵਿੱਚ ਬਣਾਈ ਤੇ ਜਿਹਨੇ ਅੰਡਰਗਰਾਉਂਡ ਟਨਲਸ ਬਣਾਈਆਂ ਹਾਈ ਸਪੀਡ ਟਰਾਂਸਪੋਰਟੇਸ਼ਨ ਤਾਂ ਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਉਹਨੂੰ ਹੱਲ ਕੀਤਾ ਜਾ ਸਕੇ ਫਿਰ ਨਿਊਰੋਲਿੰਕ ਬ੍ਰੇਨ ਮਸ਼ੀਨ ਇੰਟਰਫੇਸ ਉਹ ਸਾਰਾ ਕੁਝ 16 ਤੋਂ ਬਾਅਦ ਫਿਰੇ ਬਣਿਆ ਟਵਿੱਟਰ ਹਾਇ ਐਕਸ ਜਿਹੜਾ ਜਾਂ ਸੋਸ਼ਲ ਮੀਡੀਆ ਬਾਈ ਦੇ ਵਿੱਚ ਫਿਰ ਇਹਨਾਂ ਨੇ ਇਹਨੂੰ ਕਵਾਇਰ ਕਰ ਲਿਆ ਤੇ ਇਹ ਸਾਰਾ ਕੁਝ ਐਸੀ ਤਰੀਕੇ ਦੇ ਨਾਲ ਜਿਹੜਾ ਚੱਲਦਾ ਰਿਹਾ ਸੋ ਹੁਣ ਇਸ ਵੇਲੇ ਇਹਨਾਂ ਦੇ ਉੱਤੇ ਜਿਹੜੇ ਸਵਾਲ ਉੱਠ ਰਹੇ ਆ ਕਿ ਜਦੋਂ ਇਹ ਇੱਥੇ ਆਏ ਸੀ ਤੇ ਅਮਰੀਕਾ ਦੇ ਵਿੱਚ 1995 ਦੇ ਵਿੱਚ ਜਿਹੇ ਪਟੂ ਕੰਪਨੀ ਬਣਾਈ ਆ ਉਸ ਵੇਲੇ ਇਹਨਾਂ ਨੇ ਬਿਨਾਂ ਲੀਗਲ ਸਟੇਟਸ ਤੋਂ ਇੱਥੇ ਕੰਮ ਕੀਤਾ ਇਹਨਾਂ ਕੋਲੇ ਲੀਗਲ ਸਟੇਟਸ ਜਾ অথরাইゼਸ਼ਨ ਜਿਹੜੀ ਕੰਮ ਕਰਨ ਦੀ ਉਸ ਵੇਲੇ ਨਹੀਂ ਸੀ ਤੇ ਆਫੀਸ਼ੀਅਲੀ ਇਹ ਜਾ ਮਤਲਬ ਉਹ ਨਾਂ ਤੇ ਸਟੂਡੈਂਟ ਵੀਜ਼ਾ ਦੇ ਉੱਤੇ ਸੀ ਨਾ ਵਰਕ ਵੀਜ਼ਾ ਦੇ ਉੱਤੇ ਸੀ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਕਨਸਰਨ ਹੈ ਇਸ ਵੇਲੇ ਸਾਹਮਣੇ ਆ ਰਿਹਾ ਐਲਨ ਮਸਕ ਆਮ ਹੀ ਇਸ ਕਾਲ ਨੂੰ ਜਿਹੜਾ ਡਿਸਕ੍ਰਾਈਬ ਕਰਦੇ ਆ ਕਿ ਜਿਹੜੀ ਇਮੀਗ੍ਰੇਸ਼ਨ ਸਿਚੁਏਸ਼ਨ ਉਸ ਵੇਲੇ ਸੀ ਉਹ ਗ੍ਰੇਅ ਰੀਅ ਦੇ ਵਿੱਚ ਸੀਗੀ ਤੇ ਜਿਹੜੇ ਲੀਗਲ ਐਕਸਪਰਟਸ ਨੇ ਉਹ ਕਹਿ ਰਿਹਾ ਕਿ ਉਸ ਵੇਲੇ ਇਹਨਾਂ ਨੂੰ ਸਟੂਡੈਂਟ ਸਟੇਟਸ ਜਾਂ ਦੂਜੇ ਵੀਜ਼ੇ ਤੋਂ ਬਿਨਾ ਕੰਮ ਕਰਨਾ ਅਲਾਉਡ ਨਹੀਂ ਸੀ ਸੋ ਅਲਨ ਮਾਸਕ ਇੱਕ ਵਾਰੀ ਫੇਅਰ ਐਸ ਬਲੇ ਚਰਚਾ ਦੇ ਵਿੱਚ ਆਏ ਆ ਤੇ ਕਾਫੀ ਜ਼ਿਆਦਾ ਜਿਹੜੇ ਉਹਨਾਂ ਦਾ ਇਹ ਕਾਰਨ ਕਿਉਂਕਿ ਡੋਨਲਡ ਟਰੰਪ ਦੀ ਸਿੱਧੀ ਸਪੋਰਟ ਕੀਤੀ ਆ ਤੇ ਇਸ ਕਰਕੇ ਉਹਨਾਂ ਦਾ ਵੀ ਪੁਰਾਣਾ ਰਿਕਾਰਡ ਜਿਹੜਾ ਸਾਹਮਣੇ ਇੱਕ ਇੱਕ ਕਰਕੇ ਲੋਪ ਲਿਆ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ